ਵੈਲਕਮ ਡੀਅਰ ਸਟੂਡੈਂਟਸ HTML ਫੰਡਾਮੈਂਟਲ ਦੀ ਇਹ 3rd ਵੀਡੀਓ ਹੈਗੀ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ HTML ਦੇ ਵਿੱਚ ਲਿਸਟਾਂ ਬਣਾਉਣੀਆਂ ਸਿੱਖਾਂਗੇ ਲਿਸਟ ਬਣਾਉਣ ਦੇ ਲਈ ਸਾਡੇ ਕੋਲ ਬੇਸਿਕਲੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ HTML ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਲਿਸਟਾਂ ਹੁੰਦੀਆਂ ਹਨ ਬੇਸਿਕਲੀ HTML ਦੇ ਵਿੱਚ ਤਿੰਨ ਤਰ੍ਹਾਂ ਦੀਆਂ ਲਿਸਟਾਂ ਹੁੰਦੀਆਂ ਹਨ ਪਹਿਲੀ ਹੈ ਆਰਡਰਡ ਲਿਸਟ ਦੂਸਰੀ ਹੈ ਅਨਆਰਡਰਡ ਲਿਸਟ ਤੇ ਤੀਸਰੀ ਹੈ ਡੈਫੀਨੇਸ਼ਨ ਲਿਸਟ ਮੈਥਿਕ ਲਿਸਟ ਦੀ ਐਗਜ਼ਾਮਪਲ ਬਣਾਈ ਹੋਈ ਹੈ ਸਭ ਤੋਂ ਪਹਿਲਾਂ ਆਪਾਂ ਉਸ ਦੀ ਐਗਜ਼ਾਮਪਲ ਨੂੰ ਆਪਾਂ ਚੈੱਕ ਕਰ ਲੈਂਦੇ ਆ ਸੋ ਇਹ ਜਿਹੜੀ ਤੁਸੀਂ ਲਿਸਟ ਦੇਖ ਰਹੇ ਆ ਇਹਦੇ ਵਿੱਚ ਮੈਂ ਆਰਡਰਡ ਲਿਸਟ ਅਨ ਆਰਡਰਡ ਲਿਸਟ ਤੇ ਡੈਫੀਨੇਸ਼ਨ ਲਿਸਟ ਤਿੰਨੇ ਹੀ ਲਿਸਟਾਂ ਕਵਰ ਕੀਤੀਆਂ ਹੈਗੀਆਂ ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਕਿ ਕੀ ਆਰਡਰ ਲਿਸਟ ਕੀ ਹੁੰਦੀ ਹੈਗੀ ਹੈ ਇਹ ਜੋ ਤੁਸੀਂ ਲਿਸਟ ਦੇਖ ਰਹੇ ਹੋ ਜਿਸ ਦੇ ਵਿੱਚ ਮੈਂ ਕੀਬੋਰਡ ਮਾਊਸ ਸਕੈਨਰ ਲਿਖਿਆ ਹੋਇਆ ਹੈ ਇਸ ਤੋਂ ਬਾਅਦ ਪ੍ਰਿੰਟਰ ਸਪੀਕਰ ਮੋਨੀਟਰ ਲਿਖਿਆ ਹੋਇਆ ਹੈ ਅਤੇ ਉਸ ਤੋਂ ਬਾਅਦ ਫਿਰ ਤੋਂ ਕੀਬੋਰਡ ਮਾਊਸ ਸਕੈਨਰ ਲਿਖਿਆ ਹੋਇਆ ਹੈ ਇਹ ਜਿਹੜੀਆਂ ਲਿਸਟਾਂ ਹੈਗੀਆਂ ਇਹ ਆਰਡਰ ਲਿਸਟਾਂ ਆਰਡਰ ਲਿਸਟਾਂ 올 ਲਿਸਟਾਂ ਹੁੰਦੀਆਂ ਆ ਜਿਹਦੇ ਵਿੱਚ ਲਿਸਟ ਨੂੰ ਇੱਕ ਸੀਰੀਅਲ ਆਰਡਰ ਦੇ ਵਿੱਚ ਅਰੇਂਜ ਕੀਤਾ ਹੋਵੇ ਉਸ ਲਿਸਟ ਦਾ ਸੀਰੀਅਲ ਆਰਡਰ ਫਿਰ ਚਾਹੇ ਨੰਬਰਸ ਦੇ ਵਿੱਚ ਹੋਵੇ ਜਾਂ ਫਿਰ ਉਹ ਰੋਮਨ ਅੰਕਾਂ ਦੇ ਵਿੱਚ ਹੋਵੇ ਜਾਂ ਫਿਰ ਉਹ ਅਲਫਾਬੈਟ ਵਿੱਚ ਹੋਵੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਿਹੜੀ ਪਹਿਲੀ ਲਿਸਟ ਹੈਗੀ ਜਿਹਦੇ ਵਿੱਚ ਕੀਬੋਰਡ ਮਾਊਸ ਅਤੇ ਸਕੈਨਰ ਟਾਈਪ ਕੀਤਾ ਹੋਇਆ ਹੈ ਉਸ ਲਿਸਟ ਦਾ ਜਿਹੜਾ ਸੀਰੀਅਲ ਆਰਡਰ ਹੈਗਾ ਆ ਉਹ ਨੰਬਰਸ ਦੇ ਵਿੱਚ ਹੈਗਾ ਯਾਨੀ ਕਿ 1 2 3 ਦੇ ਨਾਲ ਹੈਗਾ ਜਿਹੜੀ ਇਹ ਦੂਸਰੀ ਲਿਸਟ ਹੈਗੀ ਜਿਸਦੇ ਵਿੱਚ ਮੈਂ ਪ੍ਰਿੰਟਰ ਸਪੀਕਰ ਤੇ ਮੋਨਿਟਰ ਟਾਈਪ ਕੀਤਾ ਹੋਇਆ ਹੈ ਇਸਦੇ ਵਿੱਚ ਜਿਹੜਾ ਲਿਸਟ ਦਾ ਸੀਰੀਅਲ ਆਰਡਰ ਹੈਗਾ ਆ ਉਹ ਰ ਜਿਵੇਂ ਕਿ ਆ ਤੁਸੀਂ ਦੇਖਦੇ ਆ ਇਹ ਰੋਮਨ ਅੰਕ ਹੈ ਗਿਆ ਇਸ ਤੋਂ ਇਲਾਵਾ ਜਿਹੜੀ 3rd ਲਿਸਟ ਹੈਗੀ ਆ ਜਿਸ ਦੇ ਵਿੱਚ ਮੈਂ ਕੀਬੋਰਡ ਮਾਊਸ ਤੇ ਸਕੈਨਰ ਟਾਈਪ ਕੀਤਾ ਹੈ ਇਸ ਦੇ ਵਿੱਚ ਜਿਹੜਾ ਲਿਸਟ ਦਾ ਸੀਰੀਅਲ ਆਰਡਰ ਹੈਗਾ ਉਹ ਹੈਗਾ ਅਲਫਾਬੈਟਸ ਯਾਨੀ ਕਿ ਇੰਗਲਿਸ਼ ਦੇ ਜਿਹੜੇ ਕੈਰੈਕਟਰ ਹੈਗੇ A B C ਉਸ ਦੇ ਨਾਲ ਇਸ ਨੂੰ ਬਣਾਇਆ ਗਿਆ ਹੈ ਆਪਾਂ ਇਹਨੂੰ ਸਿੱਖਾਂਗੇ ਕਿ ਇਸ ਨੂੰ HTML ਦੇ ਵਿੱਚ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਇਸ ਤੋਂ ਇਲਾਵਾ HTML ਦੇ ਵਿੱਚ ਇੱਕ ਅਨ ਆਰਡਰ ਲਿਸਟ ਵੀ ਹੁੰਦੀ ਹੈਗੀ ਆ ਜਿਹੜੀ ਅਨ ਆਰਡਰ ਲਿਸਟ ਹੁੰਦੀ ਹੈ ਉਹਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸੀਰੀਅਲ ਆਰਡਰ ਨੰਬਰ ਦੇ ਵਿੱਚ ਨਹੀਂ ਹੁੰਦਾ ਤੁਸੀਂ ਇਹ ਦੇਖੋ ਇਹਦੇ ਵਿੱਚ ਡਾਟ ਲੱਗੇ ਹੋਏ ਆ ਇਸ ਦੇ ਵਿੱਚ ਕੋਈ ਵੀ ਨੰਮੈਰਿਕ ਵੈਲਿਊ ਨਹੀਂ ਹੈਗੀ ਅਲਫਾਬੈਟਿਕਲ ਵੈਲਿਊ ਨਹੀਂ ਹੈਗੀ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਰੋਮਨ ਨੰਕਸ ਦੇ ਵਿੱਚ ਸੀਰੀਅਲ ਆਰਡਰ ਨੂੰ ਦਰਸਾਉਣ ਦੇ ਲਈ ਯੂਜ਼ ਨਹੀਂ ਕੀਤਾ ਹੈਗਾ ਸਿੰਪਲ ਇਹ ਇੱਕ ਅਨ ਆਰਡਰਡ ਲਿਸਟ ਹੈਗੀ ਹੈ ਯਾਨੀ ਕਿ ਕੋਈ ਵੀ ਇਹਦੇ ਵਿੱਚ ਆਰਡਰ ਨਹੀਂ ਹੈਗਾ ਇਸ ਤੋਂ ਇਲਾਵਾ ਇੱਕ ਤੀਸਰੀ ਤਰ੍ਹਾਂ ਦੀ ਲਿਸਟ ਹੁੰਦੀ ਹੈਗੀ ਹੈ ਜਿਸ ਨੂੰ ਅਸੀਂ ਡੈਫੀਨੇਸ਼ਨ ਲਿਸਟ ਕਹਿੰਦੇ ਆ ਜਿਹੜੀ ਡੈਫੀਨੇਸ਼ਨ ਲਿਸਟ ਹੁੰਦੀ ਹੈ ਉਹ ਕਿਸੇ ਵਰਡ ਦੀ ਕਿਸੇ ਟੌਪਿਕ ਦੀ ਡੈਫੀਨੇਸ਼ਨ ਦੇਣ ਦੇ ਲਈ ਉਸ ਨੂੰ ਇਸਤੇਮਾਲ ਕੀਤਾ ਜਾਂਦਾ ਜਿਵੇਂ ਕਿ ਇੱਥੇ ਮੈਂ ਕੰਪਿਊਟਰ ਵਰਡ ਦੀ ਡੈਫੀਨੇਸ਼ਨ ਦੇਣ ਦੇ ਲਈ ਇੱਕ ਡੈਫੀਨੇਸ਼ਨ ਲਿਸਟ ਯੂਜ਼ ਕੀਤੀ ਹੈਗੀ ਹੈ ਸੋ ਇਹ ਤਾਂ ਹੈਗੀ ਐ ਐਗਜ਼ਾਮਪਲ ਕਿ ਲਿਸਟ ਕੀ ਹੁੰਦੀ ਆ ਆਰਡਰਡ ਲਿਸਟ ਕੀ ਹੁੰਦੀ ਆ ਤੇ ਅਨਆਰਡਰਡ ਲਿਸਟ ਕੀ ਹੁੰਦੀ ਆ ਤੇ ਡੈਫੀਨੇਸ਼ਨ ਲਿਸਟ ਕੀ ਹੁੰਦੀ ਆ ਹੁਣ ਆਪਾਂ ਇਹਨਾਂ ਲਿਸਟਾਂ ਨੂੰ HTML ਦੇ ਵਿੱਚ ਤਿਆਰ ਕਰਨਾ ਸਿੱਖਾਂਗੇ ਕਿ ਅਸੀਂ HTML ਦੇ ਵਿੱਚ ਇਸ ਨੂੰ ਕਿਸ ਤਰੀਕੇ ਨਾਲ ਕਿਹੜੇ ਟੈਗ ਯੂਜ਼ ਕਰਕੇ ਇਸ ਨੂੰ ਤਿਆਰ ਕਰ ਸਕਦੇ ਹਾਂ ਸੋ ਇਸ ਨੂੰ ਮੈਂ ਕਲੋਜ਼ ਕਰ ਦਿੰਦਾ ਮਿਨੀਮਾਈਜ਼ ਕਰ ਦਿੱਤਾ ਹੈਗਾ ਮੈਂ ਇੱਕ ਨਵਾਂ HTML ਡਾਕੂਮੈਂਟ ਬਣਾਉਣਾ ਹੈਗਾ ਜਿਵੇਂ ਕਿ ਮੈਂ ਤੁਹਾਨੂੰ ਆਪਣੀਆਂ ਪਹਿਲੀਆਂ ਦੋ ਵੀਡੀਓਜ਼ ਦੇ ਵਿੱਚ ਦੱਸਿਆ ਸੀਗਾ ਕਿ HTML ਦਾ ਜਿਹੜਾ ਬੇਸਿਕ ਡਾਕੂਮੈਂਟ ਹੈਗਾ ਆ ਉਹ ਅਸੀਂ ਕਿਸੇ ਵੀ ਬੇਸਿਕ ਟੈਕਸਟ ਐਡੀਟਰ ਦੇ ਵਿੱਚ ਬਣਾਉਂਦੇ ਹਾਂ ਸੋ ਟੈਕਸਟ ਐਡੀਟਰ ਆਪਾਂ ਇੱਥੇ ਨੋਟਪੈਡ ਉੱਪਰ ਕਰ ਲੈਣਾ ਨੋਟਪੈਡ ਓਪਨ ਕਰਨ ਦੇ ਲਈ ਅਸੀਂ ਟੈਕਸਟ ਡਾਕੂਮੈਂਟ ਇੱਕ ਤਿਆਰ ਕਰ ਲੈਣਾ ਹੈਗਾ ਇਸ ਨੂੰ ਅਸੀਂ ਹੁਣ ਓਪਨ ਸੋ ਲਿਸਟ ਤਿਆਰ ਕਰਨ ਦੀ ਸਭ ਤੋਂ ਪਹਿਲਾਂ ਸਾਡੇ ਕੋਲ ਬੇਸਿਕ ਟੈਗ ਜਿਹੜੇ ਹੈਗੇ ਜਿਵੇਂ ਕਿ ਪਹਿਲਾ ਤੇ ਆਖਰੀ ਟੈਗ ਹੁੰਦਾ ਹੈਗਾ HTML ਉਹ ਹੋਣਾ ਚਾਹੀਦਾ ਹੈ ਬੇਸਿਕ ਡਾਕੂਮੈਂਟ ਤਿਆਰ ਕਰਨ ਬਾਰੇ ਮੈਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਦੇ ਚੁੱਕਾ ਜੇਕਰ ਤੁਸੀਂ ਉਸ ਨੂੰ ਨਹੀਂ ਦੇਖਿਆ ਹੈਗਾ ਤੇ ਉਸ ਨੂੰ ਵੀ ਤੁਸੀਂ ਦੇਖ ਸਕਦੇ ਆ ਮੈਂ ਇੱਥੇ ਇੱਕ ਬੇਸਿਕ ਡਾਕੂਮੈਂਟ ਤਿਆਰ ਕਰ ਲੈਣਾ ਹੈ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਇੱਕ ਬੇਸਿਕ HTML ਡਾਕੂਮੈਂਟ ਤਿਆਰ ਕਰ ਲਿਆ ਹੈਗਾ ਜਿਹਦੇ ਵਿੱਚ HTML ਟੈਗ, ਹੈਡ ਟੈਗ, ਬਾਡੀ ਟੈਗ ਨੂੰ ਯੂਜ਼ ਕੀਤਾ ਹੈਗਾ। ਹੁਣ ਅਸੀਂ ਇੱਥੇ ਸਿੱਖਾਂਗੇ ਕਿ ਤੁਸੀਂ ਲਿਸਟ ਕਿਸ ਤਰੀਕੇ ਨਾਲ ਤਿਆਰ ਕਰ ਸਕਦੇ ਆ। ਸਭ ਤੋਂ ਪਹਿਲਾਂ ਅਸੀਂ ਆਰਡਰਡ ਲਿਸਟ ਤਿਆਰ ਕਰਾਂਗੇ। ਆਰਡਰਡ ਲਿਸਟ ਤਿਆਰ ਕਰਨ ਲਈ ਅਸੀਂ ਟੈਗ ਯੂਜ਼ ਕਰਨਾ ਹੈ OL ਤੇ ਨਾਲ ਹੀ ਅਸੀਂ ਇਸ ਟੈਗ ਨੂੰ ਬੰਦ ਵੀ ਕਰ ਦੇਣਾ ਹੈ ਕਿਉਂਕਿ ਇਹ ਇੱਕ ਕੰਟੇਨਰ ਟੈਗ ਹੈ। ਪਿਛਲੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕੰਟੇਨਰ ਟੈਗ ਤੇ ਐਮਪਟੀ ਟੈਗ ਕੀ ਹੁੰਦੇ ਹੈਗੇ ਆ ਸੋ ਆਰਡਰ ਲਿਸਟ ਨੂੰ ਅਸੀਂ ਸ਼ੁਰੂ ਕਰ ਲਿਆ ਹੈਗਾ ਆਰਡਰ ਲਿਸਟ ਨੂੰ ਸ਼ੁਰੂ ਕਰਨ ਲਈ ਓਲ ਟੈਗ ਨੂੰ ਯੂਜ਼ ਕਰ ਲਿਆ ਤੇ ਇਸ ਦੇ ਵਿੱਚ ਹੁਣ ਲਿਸਟ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਟੈਗ ਯੂਜ਼ ਕਰਨਾ ਹੈਗਾ ਐਲ ਆਈ ਤੇ ਇਸੇ ਟੈਗ ਨੂੰ ਅਸੀਂ ਬੰਦ ਵੀ ਕਰ ਦੇਣਾ ਹੈਗਾ ਕਿਉਂਕਿ ਇਹ ਵੀ ਇੱਕ ਕੰਟੇਨਰ ਟੈਗ ਹੈਗਾ ਹੁਣ ਲਿਸਟ ਦੀਆਂ ਆਈਟਮ ਨੂੰ ਆਪਾਂ ਇੱਥੇ ਟਾਈਪ ਕਰਨਾ ਹੈਗਾ ਸਭ ਤੋਂ ਪਹਿਲੇ ਮੈਂ ਆਈਟਮ ਇੱਥੇ ਟਾਈਪ ਕਰ ਲੈਣਾ ਹੈ ਕੀਬੋਰਡ ਇਸ ਤੋਂ ਲਗਾ ਸੈਕੰਡ ਲਿਸਟ ਦੇ ਆਈਟਮ ਨੂੰ ਆਪਾਂ ਫਿਰ ਤੋਂ ਟਾਈਪ ਕਰਨਾ ਹੈਗਾ ਐਲ ਆਈ ਟੈਗ ਦੇ ਵਿੱਚ ਟਾਈਪ ਕਰਨਾ ਹੈ ਤੇ ਐਲ ਆਈ ਟੈਗ ਨੂੰ ਇੱਥੇ ਅਸੀਂ ਬੰਦ ਵੀ ਕਰ ਦੇਣਾ ਇੱਥੇ ਅਸੀਂ ਮਾਊਸ ਟਾਈਪ ਕਰ ਦਿੰਨੇ ਆ ਤੇ ਇੱਥੇ ਇੱਕ ਲਿਸਟ ਆਈਟਮ ਅਸੀਂ ਹੋਰ ਲੇ ਲਨੇ ਸੋ ਹੁਣ ਅਸੀਂ ਇੱਕ ਲਿਸਟ ਤਿਆਰ ਕਰ ਲਈ ਹੈਗੀ ਆ ਲਿਸਟ ਦੇ ਵਿੱਚ ਕੀ ਹੈਗਾ ਅਸੀਂ ਤਿੰਨ ਆਈਟਮ ਐਂਟਰ ਕੀਤੀਆਂ ਹੈਗੀਆਂ ਕੀਬੋਰਡ ਮਾਊਸ ਤੇ ਪ੍ਰਿੰਟਰ ਪਰ ਅਸੀਂ ਇਹਦੇ ਵਿੱਚ ਇਹ ਨਹੀਂ ਦੱਸਿਆ ਹੈਗਾ ਕਿ ਇਹ ਜਿਹੜੀ ਲਿਸਟ ਹੈਗੀ ਆ ਉਹ ਨੰਬਰਸ ਦੇ ਵਿੱਚ ਲਿਸਟ ਬਣੇ ਜਾਂ ਫਿਰ ਰੋਮਨ ਅੰਕਾਂ ਵਿੱਚ ਲਿਸਟ ਬਣੇ ਜਾਂ ਫਿਰ ਇਹ ਅਲਫਾਬੈਟਸ ਦੀ ਲਿਸਟ ਬਣੇ ਉਸ ਨੂੰ ਦੱਸਣ ਲਈ ਅਸੀਂ ਓਪਨਿੰਗ ਓਲ ਟੈਗ ਦੇ ਵਿੱਚ ਲਿਖ ਦੇਣਾ ਹੈਗਾ ਟਾਈਪ ਕਰਕੇ ਤੇ ਇੱਥੇ ਅਸੀਂ ਦੱਸ ਦੇਣਾ ਹੈਗਾ ਕਿ ਸਾਨੂੰ ਲਿਸਟ ਕਿਸ ਤਰੀਕੇ ਦੀ ਚਾਹੀਦੀ ਹੈ ਜੇਕਰ ਅਸੀਂ ਇੱਥੇ 1 ਲਿਖਾਂਗੇ ਤਾਂ ਇਹ ਜਿਹੜਾ ਹੈਗਾ ਲਿਸਟ ਜਿਹੜੀ ਬਣੇਗੀ ਇਹ 1 2 3 ਇਸ ਸੀਰੀਅਲ ਆਰਡਰ ਵਿੱਚ ਬਣੇਗੀ ਜੇਕਰ ਇ ਏ ਟਾਈਪ ਕਰ ਦਿੰਨਾ ਆ ਤੇ ਇਹ ਜਿਹੜੀ ਲਿਸਟ ਹੈਗੀ ਆ ਅਲਫਾਬੈਟਿਕਲੀ ਸਾਰਟ ਹੋ ਜਾਏਗੀ ਯਾਨਕਿ ਏ ਬੀ ਸੀ ਇੱਥੇ ਆ ਜਾਏਗਾ ਤੇ ਜੇਕਰ ਮੈਂ ਇੱਥੇ ਰੋਮਨ ਅੰਕ ਟਾਈਪ ਕਰ ਦਿੰਨਾ ਹੈ ਤੇ ਇਹ ਰੋਮਨ ਅੰਕਾਂ ਦੀ ਲਿਸਟ ਬਣ ਜਾਏਗੀ ਤੋਂ ਸਭ ਤੋਂ ਪਹਿਲਾਂ ਆਪਾਂ ਨੰਮੈਰਿਕ ਲਿਸਟ ਟਾਈਪ ਕਰਕੇ ਦੇਖ ਲੈਣੇ ਆ ਨੰਮੈਰਿਕ ਲਿਸਟ ਬਣਾਉਣ ਦੇ ਲਈ ਅਸੀਂ ਓ ਐਲ ਟਾਈਪ ਇੱਥੇ ਓ ਐਲ ਟਾਈਪ ਨੂੰ ਅੱਗੇ ਬਰਾਬਰ ਦਾ ਸਾਈਨ ਪਾ ਕੇ ਤੇ ਇੱਥੇ 1 ਟਾਈਪ ਕਰ ਦਿੰਨਾ ਹੁਣ ਇਹਨੂੰ ਸੇਵ ਕਰ ਲੈਣੇ ਆ ਸੇਵ ਕਰਨ ਦੇ ਲਈ ਅਸੀਂ ਸੇਵ ਤੇ ਕਲਿੱਕ ਕੀਤਾ ਤੇ ਇਸ ਨੂੰ ਡੈਸਕਟਾਪ ਤੇ ਮੈਂ ਐਚ ਟੀ ਐਮ ਐਲ ਲਿਸਟ ਇਹ ਨਾਮ ਦੇ ਦਿੱਤਾ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜਦੋਂ ਵੀ ਅਸੀਂ HTML ਡਾਕੂਮੈਂਟ ਨੂੰ ਸੇਵ ਕਰਨਾ ਤੇ ਡਾਟ ਪਾ ਕੇ HTML ਨਾਲ ਐਕਸਟੈਂਸ਼ਨ ਜਰੂਰ ਦੇਣੀ ਹੈਗੀ ਮੈਂ ਇਸ ਨੂੰ ਸੇਵ ਕਰ ਦਿੰਦਾ ਹਾਂ ਡੈਸਕਟਾਪ ਦੇ ਉੱਤੇ ਹੁਣ ਇਸ ਨੂੰ ਮੈਂ ਮਿਨੀਮਾਈਜ਼ ਕਰਦਾ ਹਾਂ ਤੇ ਇੱਥੇ ਆਪਾਂ ਦੇਖਾਂਗੇ ਕਿ ਸਾਡੇ ਕੋਲ ਇਹ ਜਿਹੜਾ ਹੈਗਾ HTML ਲਿਸਟ ਦਾ ਇੱਕ ਡਾਕੂਮੈਂਟ ਵੈਬ ਪੇਜ ਬਣ ਗਿਆ ਹੈਗਾ ਇਸ ਨੂੰ ਮੈਂ ਡਬਲ ਕਲਿਕ ਕਰਕੇ ਓਪਨ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਸਾਹਮਣੇ ਇੱਕ ਲਿਸਟ ਬਣ ਗਈ ਹੈਗੀ ਹੈ ਇਹ ਜਿਹੜੀ ਲਿਸਟ ਹੈਗੀ ਹੈ ਇਹ ਨੰਮਰਿਕ ਲਿਸਟ ਬਣੀ ਹੈਗੀ ਹੈ ਕੀਬੋਰਡ ਮਾਊਸ ਤੇ ਪ੍ਰਿੰਟਰ ਤਿੰਨ ਹੀ ਐਲੀਮੈਂਟ ਆਪਾਂ ਤਿੰਨ ਹੀ ਲਿਸਟ ਦੇ ਐਲੀਮੈਂਟ ਆਪਾਂ ਇੱਥੇ ਟਾਈਪ ਕੀਤੇ ਸੀਗੇ ਤੇ ਤਿੰਨੇ ਹੀ ਆਈਟਮ ਜਿਹੜੀਆਂ ਹੈਗੀਆਂ ਉਹ 1 2 3 ਸੀਰੀਅਲ ਆਰਡਰ ਦੇ ਵਿੱਚ ਇੱਥੇ ਸਾਡੇ ਕੋਲ ਆ ਗਈਆਂ ਹੈਗੀਆਂ ਹੁਣ ਜਿਹੜੀ ਆਪਾਂ ਲਿਸਟ ਤਿਆਰ ਕਰਨੀ ਹੈ ਕਿ ਉਹ ਅਸੀਂ ਇਹ ਵਾਲੀ ਲਿਸਟ ਤਿਆਰ ਕਰਨੀ ਹੈਗੀ ਜਿਹਦੇ ਵਿੱਚ ਸੀਰੀਅਲ ਆਰਡਰ ਜਿਹੜਾ ਹੈਗਾ ਉਹ ਰੋਮਨ ਅੰਕ ਹੋਣ ਤੇ ਰੋਮਨ ਅੰਕਾਂ ਦੀ ਕਾ ਚੇਂਜ ਨਹੀਂ ਕਰਨਾ ਹੈਗਾ ਸਿਰਫ ਤੇ ਸਿਰਫ ਲਿਸਟ ਤਿਆਰ ਕਰਨ ਦੇ ਲਈ ਇਹ ਵਾਲੇ ਹੀ ਟੈਗ ਚਾਹੀਦੇ ਹੈਗੇ ਆ ਤੇ ਜੇਕਰ ਅਸੀਂ ਹੁਣ ਰੋਮਨ ਅੰਕਾਂ ਦੀ ਲਿਸਟ ਤਿਆਰ ਕਰਨੀ ਚਾਹੁੰਦੇ ਆ ਤੇ ਇੱਥੇ ਟਾਈਪ ਬਰਾਬਰ ਦਾ ਸਾਈਨ ਪਾ ਕੇ ਉਸ ਦੇ ਅੱਗੇ ਇੱਕ ਦੀ ਜਗ੍ਹਾ ਅਸੀਂ ਰੋਮਨ ਅੰਕ ਟਾਈਪ ਕਰ ਦੇਣਾ ਹੈਗਾ ਤੇ ਇਸ ਨੂੰ ਕੰਟਰੋਲ ਐਸ ਦਬਾ ਕੇ ਸੇਵ ਕਰ ਲਿਆ ਦੁਬਾਰਾ ਤੋਂ ਜਦੋਂ ਮੈਂ ਇਸ ਨੂੰ ਓਪਨ ਕਰਕੇ ਦੇਖਿਆ ਤੇ ਆਦੂ ਜੀ ਦੇਖੋ ਇਹ ਸਾਡਾ ਡਾਕੂਮੈਂਟ ਵੈਬੇਜ ਪਿਆ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਜਿਹੜੇ ਰੋਮਨ ਅੰਕ ਹੈਗੇ ਲਿਸਟ ਦੇ ਵਿੱਚ ਉਹ ਆ ਗਏ ਹੈਗੇ ਆ ਹੁਣ ਅਸੀਂ ਇੱਥੇ ਅਲਫਾਬੈਟ ਲੈ ਕੇ ਆਉਣੇ ਹੈਗੇ ਆ ਤੇ ਅਸੀਂ ਕੀ ਕਰਨਾ ਹੈ ਇੱ ਜਿਹੜਾ ਹੈਗਾ ਟਾਈਪ ਦੇ ਵਿੱਚ ਅਸੀਂ ਏ ਟਾਈਪ ਕਰ ਦਨੇ ਹੈਗੇ ਆ ਤੇ ਕੰਟਰੋਲ ਐਸ ਦਬਾ ਕੇ ਇਸ ਨੂੰ ਸੇਵ ਕਰ ਦਨੇ ਆ ਤੇ ਦੁਬਾਰਾ ਤੋਂ ਅਸੀਂ ਇਸ ਨੂੰ ਓਪਨ ਕਰਦੇ ਆ ਤੇ ਤੁਸੀਂ ਇੱਥੇ ਦੇਖੋਗੇ ਕਿ ਜਿਹੜੀ ਲਿਸਟ ਹੈਗੀ ਆ ਉਹ ਅਲਫਾਬੈਟਿਕਲੀ ਸਾਰਟ ਹੋ ਗਈ ਹੈਗੀ ਅਲਫਾਬੈਟਿਕਲੀ ਅਰੇਂਜ ਹੋ ਗਈ ਹੈਗੀ ਆ ਯਾਨੀ ਕਿ ਸੀਰੀਅਲ ਆਰਡਰ ਜਿਹੜਾ ਹੈਗਾ ਉਹ ਅਲਫਾਬੈਟਸ ਇਹਦੇ ਵਿੱਚ ਆ ਗਏ ਹੈਗੇ ਆ ਸੋ ਹੁਣ ਇਹ ਤਾਂ ਸੀਗੀ ਆਰਡਰਡ ਲਿਸਟ ਹੁਣ ਅਸੀਂ ਬਣਾਉਨੇ ਆ ਅਨ ਆਰਡਰਡ ਲਿਸਟ ਸੋ ਅਨ ਆਰਡਰਡ ਲਿਸਟ ਬਣਾਉਣ ਦੇ ਲਈ ਅਸੀਂ ਕੀ ਕਰਦੇ ਹੈਗੇ ਆ ਉਸੇ ਡਾਕੂਮੈਂਟ ਨੂੰ ਓਪਨ ਕਰ ਲੈਂਦੇ ਆ ਇੱਥੇ ਅਸੀਂ ਸਪੇਸ ਬਣਾ ਲੈਂਦੇ ਆ ਸੋ ਅਸੀਂ ਅਨ ਆਰ ul ਟੈਗ ਦੇ ਵਿੱਚ ਹੀ ਅਸੀਂ ਇਸ ਨੂੰ ਟਾਈਪ ਕਰਨਾ ਹੈ ਤੇ ul ਟੈਗ ਨੂੰ ਅਸੀਂ ਇੱਥੇ ਬੰਦ ਵੀ ਕਰ ਦੇਣਾ ਹੈਗਾ ਸੋ ਇਸ ਦੇ ਵਿੱਚ ਅਸੀਂ ਲਿਸਟ ਦੇ ਆਈਟਮ ਟਾਈਪ ਕਰਨ ਦੇ ਲਈ ਸੇਮ ਉਹੀ ਟੈਗ ਯੂਜ਼ ਕਰਨਾ ਹੈਗਾ li ਤੇ li ਨੂੰ ਅਸੀਂ ਇੱਥੇ ਕਲੋਜ਼ ਵੀ ਕਰ ਦੇਣਾ ਹੈਗਾ ਸੋ ਇਸ ਦੇ ਵਿੱਚ ਅਸੀਂ ਨਵੀਆਂ ਆਈਟਮ ਐਂਟਰ ਕਰ ਲੈਣੇ ਹੈਗੇ ਆ ਤੁਸੀਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਅਨ ਆਰਡਰਡ ਲਿਸਟ ਜਿਹੜੀ ਹੈਗੀ ਉਹ ਤਿਆਰ ਕਰ ਲਈ ਹੈਗੀ ਅਨ ਆਰਡਰਡ ਲਿਸਟ ਤਿਆਰ ਕਰਨ ਦੇ ਲਈ ਜਿਹੜਾ ਟੈਗ ਅਸੀਂ ਯੂਜ਼ ਕੀਤਾ ਹੈਗਾ ਉਹ ਹੈ ਯੂ ਐਲ ਤੇ ਲਿਸਟ ਦੇ ਆਈਟਮ ਨੂੰ ਟਾਈਪ ਕਰਨ ਦੇ ਲਈ ਸੇਮ ਅਸੀਂ ਐਲ ਆਈ ਟੈਗ ਨੂੰ ਹੀ ਯੂਜ਼ ਕੀਤਾ ਹੈਗਾ ਤੇ ਅਸੀਂ ਇਸ ਨੂੰ ਹੁਣ ਸੇਵ ਕਰਕੇ ਤੇ ਰਨ ਕਰਕੇ ਦੇਖਦੇ ਹਾਂ ਕੰਟਰੋਲ ਐਸ ਦਬਾ ਕੇ ਮੈਂ ਇਸ ਨੂੰ ਸੇਵ ਕਰ ਲਿਆ ਤੇ ਜਦੋਂ ਇਸ ਨੂੰ ਮਿਨੀਮਾਈਜ਼ ਕਰਕੇ ਅਸੀਂ ਦੁਬਾਰਾ ਤੋਂ ਇਸ ਨੂੰ ਚਲਾਇਆ ਡਾਕੂਮੈਂਟ ਨੂੰ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਾਡੇ ਕੋਲ ਇੱਕ ਆਰਡਰ ਲਿਸਟ ਬਣੀ ਹੋਈ ਹੈ ਤੇ ਨਾਲ ਹੀ ਸਾਡੇ ਕੋਲ ਇੱਕ ਅਨ ਆਰਡਰ ਲਿਸਟ ਬਣੀ ਹੈ ਹੁਣ ਤੁਸੀਂ ਇੱਥੇ ਦੇਖੋਗੇ ਕਿ ਜਿਹੜੀ ਅਨ ਆਰਡਰ ਲਿਸਟ ਹੁੰਦੀ ਹੈ ਉਹ ਉਹ ਵਾਲੀ ਲਿਸਟ ਹੁੰਦੀ ਹੈ ਜਿਹਦੇ ਵਿੱਚ ਕੋਈ ਵੀ ਨਮੈਰਿਕ ਵੈਲਿਊ ਸੀਰੀਅਲ ਆਰਡਰ ਨੂੰ ਦਰਸਾਉਣ ਦੇ ਲਈ ਨਹੀਂ ਯੂਜ਼ ਕੀਤੀ ਜਾਂਦੀ ਇੱਥੇ ਅਸੀਂ ਤਿੰਨ ਤਰ੍ਹਾਂ ਦੀਆਂ ਜਿਹੜੇ ਇਹ ਜਿਹੜੇ ਸਿੰਬਲ ਹੈਗੇ ਆ ਇਹ ਇੱਥੇ ਡਾਟ ਸਿੰਬਲ ਹੈਗਾ ਆ ਇੱਥੇ ਇਸ ਸਿੰਬਲ ਨੂੰ ਅਸੀਂ ਚੇਂਜ ਵੀ ਕਰ ਸਕਦੇ ਹਾਂ ਸਿੰਬਲ ਨੂੰ ਚੇਂਜ ਕਰਨ ਦੇ ਲਈ ਅਸੀਂ ਇੱਥੇ ਦੁਬਾਰਾ ਤੋਂ ਨੋਟਪੈਡ ਦੇ ਵਿੱਚ ਚਲੇ ਜਾਨੇ ਆ ਤੇ ਇੱਥੇ ਅਸੀਂ ਯੂ ਐਲ ਜਿਹੜਾ ਓਪਨਿੰਗ ਯੂ ਐਲ ਹੈਗਾ ਉਹਦੇ ਵਿੱਚ ਟਾਈਪ ਕਰਕੇ ਟਾਈਪ ਲਿਖ ਕੇ ਬਰਾਬਰ ਦਾ ਸਿੰਬਲ ਪਾ ਕੇ ਤੇ ਅਸੀਂ ਇੱਥੇ ਲਿਖ ਸਕਦੇ ਹਾਂ ਸਰਕਲ ਜਦੋਂ ਇਸ ਨੂੰ ਟਾਈਪ ਕਰਕੇ ਕੰਟਰੋਲ ਐਸ ਦਬਾ ਕੇ ਸੇਵ ਕੀਤਾ ਦੁਬਾਰਾ ਤੋਂ ਉਸ ਦੁਬਾਰਾ ਤੋਂ ਇਸ ਡਾਕੂਮੈਂਟ ਜਦੋਂ ਅਸੀਂ ਚਲਾਇਆ ਤੇ ਤੁਸੀਂ ਦੇਖ ਸਕਦੇ ਆ ਕਿ ਇੱਥੇ ਜਿਹੜਾ ਅਨ ਆਰਡਰ ਲਿਸਟ ਹੈਗਾ ਉਹਦੇ ਇੱਕ ਜਿਹੜਾ ਸਿੰਬਲ ਸੀਗਾ ਇਹ ਹੁਣ ਸਰਕਲ ਹੋ ਗਿਆ ਸੋ ਇਸ ਨੂੰ ਅਸੀਂ ਹੋਰ ਵੀ ਜ਼ਿਆਦਾ ਚੇਂਜ ਕਰਨਾ ਹੋਵੇ ਤੇ ਇੱਥੇ ਅਸੀਂ ਇਹਦੇ ਵਿੱਚ ਸਕੁਅਰ ਵੀ ਲਿਖ ਸਕਦੇ ਆ ਸਕੁਅਰ ਟਾਈਪ ਕਰਕੇ ਕੰਟਰੋਲ ਐਸ ਦਬਾ ਕੇ ਮੈਂ ਉਸੇ ਵੈਬਪੇਜ ਨੂੰ ਇੱਥੇ ਡਾਇਰੈਕਟ ਓਪਨ ਕਰਕੇ ਇਸ ਨੂੰ ਇੱਥੇ ਰੀਫਰੈਸ਼ ਕਰ ਲੈਨੇ ਆ ਤੇ ਤੁਸੀਂ ਇੱਥੇ ਦੇਖ ਸਕਦੇ ਆ ਕਿ ਜਿਹੜਾ ਸਿੰਬਲ ਹੈਗਾ ਆ ਉਹ ਚੇਂਜ ਹੋ ਗਿਆ ਹੈਗਾ ਤੇ ਸਿੰਬਲ ਇੱਥੇ ਸਕੁਏਅਰ ਆ ਗਿਆ ਹੈਗਾ ਸੋ ਇੱਥੇ ਅਸੀਂ ਦੋ ਤਰ੍ਹਾਂ ਦੀਆਂ ਲਿਸਟਾਂ ਬਣਾਉਣੀ ਸਿੱਖ ਲਈਆਂ ਹੈਗੀਆਂ ਸਭ ਤੋਂ ਪਹਿਲੀ ਇਹ ਵਾਲੀ ਜਿਹੜੀ ਲਿਸਟ ਹੈਗੀ ਹੈ ਇਹ ਆਰਡਰਡ ਲਿਸਟ ਹੈਗੀ ਹੈ ਇਹ ਵਾਲੀ ਜਿਹੜੀ ਲਿਸਟ ਹੈਗੀ ਇਹ ਅਨ ਆਰਡਰਡ ਲਿਸਟ ਹੈਗੀ ਹੈ ਤੇ ਇੱਥੇ ਅਸੀਂ ਇੱਕ ਹੋਰ ਤੀਸਰੀ ਟਾਈਪ ਜਿਹੜੀ ਹੈਗੀ ਹੈ ਡੈਫੀਨੇਸ਼ਨ ਲਿਸਟ ਉਸ ਨੂੰ ਵੀ ਬਣਾਉਣਾ ਸਿੱਖ ਲੈਣੇ ਆ ਸੋ ਜਿਹੜੀ ਡੈਫੀਨੇਸ਼ਨ ਲਿਸਟ ਹੁੰਦੀ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿਸੇ ਵੀ ਵਰਡ ਦੀ ਡੈਫੀਨੇਸ਼ਨ ਦੇਣ ਦੇ ਲਈ ਉਸ ਨੂੰ ਯੂਜ਼ ਕੀਤਾ ਜਾਂਦਾ ਸੋ ਡੈਫੀਨੇਸ਼ਨ ਲਿਸਟ ਤਿਆਰ ਕਰਨ ਲਈ ਜਿਹੜੀ ਟੈਕਸਟ ਅਸੀਂ ਦੇ ਹੀ ਤਾਂ ਪਤਾ ਲੱਗਦਾ ਹੈਗਾ ਬ੍ਰਾਊਜ਼ਰ ਨੂੰ ਕਿ ਇੱਥੋਂ ਇੱਕ ਡੈਫੀਨੇਸ਼ਨ ਲਿਸਟ ਸ਼ੁਰੂ ਹੋ ਗਈ ਹੈ ਕਿ ਤੇ ਡੀ ਐਲ ਟੈਗ ਨੂੰ ਅਸੀਂ ক্লোਜ਼ ਵੀ ਕਰ ਦੇਣਾ ਹੈਗਾ ਇਸ ਦੇ ਵਿੱਚ ਅਸੀਂ ਹੁਣ ਟਾਈਪ ਕਰਨਾ ਹੈਗਾ ਸਭ ਤੋਂ ਪਹਿਲਾਂ ਅਸੀਂ ਡੈਫੀਨੇਸ਼ਨ ਟਰਮ ਨੂੰ ਟਾਈਪ ਕਰਨਾ ਹੈਗਾ ਇੱਥੇ ਅਸੀਂ ਡੀ ਟੀ ਟੈਗ ਯੂਜ਼ ਕਰਨਾ ਹੈ ਡੀ ਟੀ ਟੈਗ ਤੋਂ ਪਤਾ ਲੱਗਦਾ ਹੈਗਾ ਬ੍ਰਾਊਜ਼ਰ ਨੂੰ ਕਿ ਇਹ ਜਿਹੜਾ ਉਹ ਵਾਲਾ ਵਰਡ ਹੈਗਾ ਜਿਸ ਦੀ ਅੱਗੇ ਜਾ ਕੇ ਅਸੀਂ ਡੈਫੀਨੇਸ਼ਨ ਟਾਈਪ ਕਰਨੀ ਹੈਗੀ ਆ ਸੋ ਡੈਫੀਨੇਸ਼ਨ ਇੱਥੇ ਮੈਂ ਟਾਈਪ ਕਰ ਦੇਣਾ ਹੈਗਾ ਕੰਪਿਊਟਰ ਵਰਡ ਆਪਾਂ ਟਾਈਪ ਕਰ ਦਨੇ ਆ ਕੰਪਿਊਟਰ 'ਤੇ ਟਾਈਪ ਕਰ ਦਿੱਤਾ ਇਸ ਜਿਹੜਾ ਟੈਗ ਹੈ ਜਿਹੜਾ ਡੈਫੀਨੇਸ਼ਨ ਟਰਮ ਟੈਗ ਹੈਗਾ ਇਸ ਨੂੰ ক্লোਜ਼ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਇੱਕ ਐਮਪਟੀ ਟੈਗ ਹੈਗਾ ਇਸ ਤੋਂ ਬਾਅਦ ਆਪਾਂ ਹੁਣ ਅਸੀਂ ਡੈਫੀਨੇਸ਼ਨ ਨੂੰ ਡਿਸਕ੍ਰਾਈਬ ਕਰਨ ਦੇ ਲਈ ਇੱਕ ਟੈਗ ਯੂਜ਼ ਕਰਨਾ ਹੈਗਾ ਡੀਡੀ ਉਸ ਦਾ ਪੂਰਾ ਨਾਮ ਹੁੰਦਾ ਹੈ ਡੈਫੀਨੇਸ਼ਨ ਡਿਸਕ੍ਰਿਪਸ਼ਨ ਤੇ ਡੀਡੀ ਟੈਗ ਜਦੋਂ ਅਸੀਂ ਯੂਜ਼ ਕਰ ਲਿਆ ਤੇ ਇਸ ਨੂੰ ਵੀ ক্লোਜ਼ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਵੀ ਇੱਕ ਐਮਪਟੀ ਟੈਗ ਹੈਗਾ ਸੋ ਹੁਣ ਅਸੀਂ ਇੱਥੇ ਡੀਡੀ ਟਾਈਪ ਕਰਕੇ ਕੰਪਿਊਟਰ ਦੀ ਡੈਫੀਨੇਸ਼ਨ ਲਿਖ ਦਿੰਨੇ ਆਂ ਇੱਥੇ ਅਸੀਂ ਇਸ ਨੂੰ ਸੇਵ ਕਰ ਲੈਨੇ ਆ ਹੁਣ ਤੁਸੀਂ ਦੇਖੋ ਕਿ ਜਿਹੜੀ ਡੈਫੀਨੇਸ਼ਨ ਲਿਸਟ ਹੈਗੀ ਉਸ ਨੂੰ ਤਿਆਰ ਕਰਨ ਦੇ ਲਈ ਕਿੰਨੇ ਜੈਕ ਟੈਗ ਯੂਜ਼ ਕੀਤੇ ਹੈਗੇ ਪਹਿਲਾ ਟੈਗ ਹੈਗਾ ਡੀ ਐਲ ਯਾਨੀ ਕਿ ਡੈਫੀਨੇਸ਼ਨ ਲਿਸਟ ਦੂਸਰਾ ਟੈਗ ਹੈਗਾ ਡੀਟੀ ਯਾਨੀ ਕਿ ਡੈਫੀਨੇਸ਼ਨ ਟਰਮ ਤੇ ਤੀਸਰਾ ਟੈਗ ਹੈਗਾ ਯਾ ਡੀਡੀ ਯਾਨੀ ਕਿ ਡੈਫੀਨੇਸ਼ਨ ਡਿਸਕ੍ਰਿਪਸ਼ਨ ਸੋ ਅਸੀਂ ਇਸ ਨੂੰ ਹੁਣ ਸੇਵ ਕਰਦੇ ਆ ਤੇ ਇਸ ਨੂੰ ਰਨ ਕਰਕੇ ਦੇਖਦੇ ਆ ਮੈਂ ਕੰਟਰੋਲ ਐਸ ਦਬਾ ਕੇ ਇਸ ਨੂੰ ਸੇਵ ਕਰ ਲਿਆ ਤੇ ਇੱਥੇ ਜਾ ਕੇ ਅਸੀਂ ਇਸ ਨੂੰ ਰਨ ਕਰਕੇ ਦੇਖਦੇ ਆਂ ਤੇ ਤੁਸੀਂ ਦੇਖੋਗੇ ਕਿ ਇੱਥੇ ਜਿਹੜੀ ਡੈਫੀਨੇਸ਼ਨ ਲਿਸਟ ਜਿਹੜੀ ਹੈਗੀ ਸਾਡੇ ਕੋਲ ਕੰਪਿਊਟਰ ਦੀ ਡੈਫੀਨੇਸ਼ਨ ਇੱਥੇ ਆ ਗਈ ਹੈਗੀ ਐ ਸੋ ਇਸ ਵੀਡੀਓ ਦੇ ਵਿੱਚ ਅਸੀਂ ਤਿੰਨ ਤਰ੍ਹਾਂ ਦੀਆਂ ਲਿਸਟਾਂ ਬਣਾਉਣੀ ਸਿੱਖੀਆਂ ਹੈਗੀ ਸਭ ਤੋਂ ਪਹਿਲੀ ਲਿਸਟ ਹੈਗੀ ਹੈ ਆਡਿਟ ਲਿਸਟ ਦੂਸਰੀ ਲਿਸਟ ਹੈਗੀ ਹੈ ਅਨ ਆਡਿਟ ਲਿਸਟ ਤੇ ਤੀਸਰੀ ਲਿਸਟ ਹੈਗੀ ਹੈ ਡੈਫੀਨੇਸ਼ਨ ਲਿਸਟ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਤੋਂ ਤਿੰਨੇ ਤਰ੍ਹਾਂ ਦੀਆਂ ਲਿਸਟਾਂ ਬਾਰੇ ਪਤਾ ਚੱਲ ਗਿਆ ਹੋਵੇਗਾ ਜੇਕਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੋਈ ਵੀ ਗੱਲ ਸਮਝ ਨਹੀਂ ਲੱਗੀ ਹੈਗੀ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਟਾਈਪ ਕਰਕੇ ਜਰੂਰ ਦੱਸਣਾ ਹੈਗਾ ਮੈਂ ਤੁਹਾਡੇ ਕਮੈਂਟਸ ਦਾ ਰਿਪਲਾਈ ਤੁਹਾਡੇ ਸਵਾਲਾਂ ਦਾ ਰਿਪਲਾਈ ਜਰੂਰ ਕਰਾਂਗਾ ਸੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਲਾਈਕ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਇਸ ਤਰ੍ਹਾਂ ਦੇ ਤੁਹਾਨੂੰ ਬਹੁਤ ਸੀ ਸਾਰੀਆਂ ਵਧੀਆ-ਵਧੀਆ ਨੌਲੇਜ ਨਾਲ ਭਰਪੂਰ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣਗੀਆਂ ਸੋ ਅੱਜ ਦੀ ਇਸ